ਸਰ ਕੀ ਹੈ ਜੀ ਪੂਰਾ ਮਾਮਲਾ ਜੀ? ਆਪਣੇ ਕਮਿਸ਼ਨਰ ਸਾਹਿਬ ਜਲੰਧਰ ਸ਼੍ਰੀ ਸਵਪਨ ਸ਼ਰਮਾ ਸਰ ਜੀ IPS ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਮੱਦੇਨਜ਼ਰ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ 57/24 ਮੁਕੱਦਮਾ NDPS ਐਕਟ ਦੇ ਅਧੀਨ ਦਰਜ ਹੋਇਆ ਸੀ, ਜਿਸ ਮੁਕੱਦਮੇ ਦੇ ਵਿੱਚ ਇੰਸਪੈਕਟਰ ਸ਼੍ਰੀ ਹਰਿੰਦਰ ਸਿੰਘ ਵੱਲੋਂ ਅੱਜ 68F ਦੇ ਆਰਡਰਾਂ ਤਹਿਤ ਜਿਹੜੇ ਇਹ ਸਮਗਲਰਸ ਨੇ NDPS ਐਕਟ ਦੇ ਅਧੀਨ, ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਸੀ। ਇਹਨਾਂ ਦੇ 6 ਗੱਡੀਆਂ, 1 ਟਰੱਕ ਤੇ ਪਲੱਸ 1.5 ਕਰੋੜ ਦੇ ਕਰੀਬ ਜਿਹੜਾ ਕੈਸ਼ ਹੈ, ਇਹ ਸਾਰੇ ਐਸੈਟਸ ਨੂੰ ਅੱਜ ਫਰੀਜ਼ ਕੀਤਾ ਗਿਆ। 68F NDPS ਐਕਟ ਦੇ ਅੰਡਰ ਇਹ ਆਰਡਰ ਕੱਢੇ ਗਏ ਨੇ ਇਹਨਾਂ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1,34,28,300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫਰੀਜ਼ ਕੀਤਾ ਗਿਆ। ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ NDPS ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਜੇ ਉਹਨਾਂ ਦੇ ਆਸ ਪਾਸ ਕੋਈ ਇੱਦਾਂ ਦੀ ਇਲੀਸਿਟ ਡਰੱਗ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਕਾਲੇ ਧੰਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ। ਥੈਂਕ ਯੂ ਸਰ। ਇਹ ਮੁਹਿੰਮ ਅੱਗੇ ਵੀ ਇੱਦਾਂ ਚੱਲਦੀ ਰਹੂਗੀ ਜੀ? ਹਾਂਜੀ ਬਿਲਕੁਲ, ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ, ਪੰਜਾਬ ਪੁਲਿਸ ਦੀ ਇੱਕ ਹਾਈ ਪ੍ਰਾਇਓਰਟੀ ਏਰੀਆ ਹੈ ਜਿਹਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਿਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰਾਪਰਟੀ ਵੱਧ ਤੋਂ ਵੱਧ ਫਰੀਜ਼ ਹੋ ਸਕਦੀਆਂ ਨੇ, ਜਿਵੇਂ ਇਸ ਮੁਕੱਦਮੇ ਦੇ ਵਿੱਚ ਅਸੀਂ 6 ਗੱਡੀਆਂ ਤੇ 1 ਟਰੱਕ ਫਰੀਜ਼ ਕੀਤਾ, ਹੋਰ ਵੀ ਜੇ ਇਸ ਮੁਕੱਦਮੇ ਦੇ ਵਿੱਚ ਸਾਨੂੰ ਕੋਈ ਇੱਦਾਂ ਦੀ ਰਿਕਵਰੀ ਹੁੰਦੀ ਹੈ, ਕਿਉਂਕਿ ਮੁਕੱਦਮਾ ਅੰਡਰ ਇਨਵੈਸਟੀਗੇਸ਼ਨ, ਜੇ ਇੱਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫਰੀਜ਼ ਕੀਤਾ ਜਾਊਗਾ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।